प्रभु की आज्ञा आत्म हितावे, ध्यान रखियो, प्रभु की आज्ञा आत्म हितावे, जीवन मुक्त सोउ कहावे, तैसा हरख तैसा उस सोग, सदा आनंद तह नहीं वियोग, तैसा स्वर्ण तैसी उस माटी, तैसा अमृत तैसी वित खाटी, तैसा मान तैसा अभिमान, तैसा रंक तैसा राजान, जोब ताए साई जुगत, नानक ओ पुरख कही है जीवन मुक्त। जीवन मुक्त किवें होया जा सकता है? इस पदे दे अंदर सतगुरु गुरु अर्जन साहब महाराज साहब सच्चे पातशाह ने इस गल नूं बखूबी बयान कीता है। दोपहर दे दीवान विच आप जी दे चरणां विच अर्ज कर रहा सां, रामसर सरोवर दे कंढे बह के भाई गुरदास जी होरां तों गुरु अर्जन साहब महाराज साहब सच्चे पातशाह एक बड़ी महान सेवा लै रहे ने। ओ सेवा है गुरबाणी नूं लिखण दी। तो माणयोग साध संगत, हिंदुस्तान दे पूरे हिंदुस्तान भर विच इस गल दी चर्चा चल रही है कि गुरु अर्जन साहब महाराज साहब सच्चे पातशाह एक ग्रंथ लिखा रहे ने। उस ग्रंथ दे विच जिथे उन्होंने गुरु साहिबान की बाणी नूं रची है उत्थे उन्हां भगतां दा वी जिक्र, उन्हां भगतां नूं वी थां दित्ती है जिहड़े भगत बेशक समाज वल्लों दुरकारे गए सन। उन्हां विच बाबा रविदास साहब जी महाराज चुमार श्रेणी विचों सन, बाबा कबीर साहब जी महाराज जुलाहा श्रेणी विचों सन। इत्थे बस नहीं, भगत सहनदाई और वो कित्ते करन वाले जिहड़े लोग आम समाज वल्लों धक्के होए उन्हां दी बाणी गुरु ग्रंथ अंदर दर्ज कीती जा रही है। काना पीलू छज्जू ते शाह हुसैन, इन्हां चार बंदियां दा जिक्र इतिहासकारां ने कीता पी इह इकट्ठे हो के धन गुरु अर्जन साहब महाराज साहब सच्चे पातशाह दे कोल आए। इन्हां दा आगू सी भगत काना ते काना सी सरकारी बंदा। ते माणयोग साध संगत, सरकारी जिहड़े बाबे हुंदे आ ना उह अपनी बोलचाल तों पछाणे जांदे आ किहड़ा बंदा सरकारी ते किहड़ा गैर सरकारी। आ पिछे पंजाब दे विच तुहाडे विचों जे कोई सज्जन गुरमुख प्यारा जीरे दे इलाके च होवे ते तुहानूं पता होणा वी उत्थे लंबा समां मोर्चा लाया संगतां ने। ਉਹ ਜਿਹੜੀ ਫੈਕਟਰੀ ਜੀ ਨੇ ਇਲਾਕੇ ਦਾ ਸਾਰਾ ਪਾਣੀ ਦੂਸ਼ਿਤ ਕਰ ਦਿੱਤਾ, ਕਿਸਾਨ ਜਥੇਬੰਦੀਆਂ ਇਲਾਕੇ ਦੇ ਲੋਕ ਇਸ ਗੱਲ ਦਾ ਰੌਲਾ ਪਾ ਰਹੇ। ਮੈਂ ਖੁਦ ਆਪ ਡਿਸਟ੍ਰਿਕਟ ਕਪੂਰਥਲਾ ਤੋਂ ਹਾਂ, ਹਮੀਰਾ ਬਹੁਤ ਵੱਡੀ ਹੈ, ਇੱਕ ਸ਼ਰਾਬ ਮਿੱਲ ਹੈ, ਬਹੁਤ ਵੱਡੀ ਫੈਕਟਰੀ ਹੈ। ਤੇ ਜੇ ਉੱਥੇ ਜਾ ਕੇ ਲੋਕਾਂ ਤੋਂ ਪੁੱਛੋ ਤੇ ਤੁਹਾਨੂੰ ਦੱਸਣਗੇ ਵੀ ਹਾਲਤ ਕੀ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਖਾਸੇ ਦੇ ਲਾਗੇ ਫੈਕਟਰੀ ਹੈ, ਜੇ ਕੋਈ ਮਜਾਇਰ ਵੀਰ ਬੈਠਾ ਹੋਵੇ ਤੇ ਮੇਰੇ ਨਾਲੋਂ ਵਧੀਆ ਤੁਹਾਨੂੰ ਦੱਸ ਸਕਦਾ ਹੈ ਕਿ ਉਸ ਇਲਾਕੇ ਦੇ ਪਾਣੀ ਦਾ ਕੀ ਹਾਲ ਹੈ। ਐਨ ਉਸ ਮੌਕੇ ਉੱਤੇ ਜਦੋਂ ਆਮ ਲੋਕ ਦਵਾਈਆਂ ਪਾ ਰਹੇ ਸੀ, ਇੱਕ ਸਰਕਾਰੀ ਬਾਬਾ ਕਹਿੰਦਾ ਵੀ ਲੋਕ ਤੇ ਐਵੇਂ ਰੌਲਾ ਪਾਈ ਜਾਂਦੇ ਨੇ, ਐਵੇਂ ਰੌਲਾ ਪੈ ਰਿਹਾ ਕਿ ਫਾਲਤੂ ਦੀਆਂ ਗੱਲਾਂ ਨੇ, ਕੋਈ ਪਾਣੀ ਦੂਸ਼ਿਤ ਨਹੀਂ ਹੋ ਰਿਹਾ। ਜਦਕਿ ਜਿਹੜਾ ਤੱਥ ਕੀ ਹੈ, ਰਿਐਲਿਟੀ ਕੀ, ਉਹਦਾ ਪਤਾ ਤਾਂ ਲੱਗਦਾ ਜਾ ਕੇ ਜਦੋਂ ਤੁਸੀਂ ਜ਼ਮੀਨੀ ਹਕੀਕਤ ਨੂੰ ਵੇਖਦੇ ਹੋ ਤੇ ਲੋਕ ਉਹਦਾ ਰੌਲਾ ਪਾ ਰਹੇ ਨੇ। ਉਸ ਪਾਸੇ ਨਾ ਜਾਵਾਂ, ਮੈਂ ਬੇਨਤੀ ਕਰ ਰਿਹਾ ਸਾਂ ਬੰਦਾ ਸਰਕਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਕਹਿੰਦਾ ਵੀ ਸਾਨੂੰ ਪਤਾ ਲੱਗਾ ਵੀ ਤੁਸੀਂ ਗ੍ਰੰਥ ਲਿਖਾ ਰਹੇ ਹੋ। ਮਹਾਰਾਜ ਕਹਿਣ ਲੱਗੇ ਹਾਂ ਇਹ ਸੇਵਾ ਅਕਾਲ ਪੁਰਖ ਲੈ ਰਿਹਾ ਹੈ। ਕਹਿੰਦਾ ਫਿਰ ਤੁਸੀਂ ਭਗਤਾਂ ਦੀ ਬਾਣੀ ਨਹੀਂ ਦੁਨੀਆਂ ਦਰਜ ਕੀਤੀ ਹੈ, ਤੁਸਾਂ ਕਬੀਰ ਜੁਲਾਏ ਦੇ ਸ਼ਬਦ ਲਿਖੇ ਨੇ, ਤੁਸੀਂ ਪਰਮਾਨੰਦ ਨੂੰ ਥਾਂ ਦਿੱਤੀ ਹੈ, ਸਹਿਣ ਨਾਈ ਵਰਗੀਆਂ ਦੀ ਬਾਣੀ ਤੁਸੀਂ ਲਿਖੀ ਜਾਂਦੇ ਹੋ ਤੇ ਸਾਨੂੰ ਕਿਉਂ ਨਹੀਂ ਸਦਾ ਭੇਜਿਆ ਤੁਸਾਂ? ਗੁਰਦੇਵ ਸੱਚੇ ਪਾਤਸ਼ਾਹ ਦੀ ਗੱਲ ਤੋਂ ਰੰਗ ਤੋਂ ਹੀ ਸਮਝ ਗਏ। ਕਹਿੰਦੇ ਜੀ ਸਾਥੋਂ ਗਲਤੀ ਹੋ ਗਈ, ਦਰਅਸਲ ਸਾਨੂੰ ਪਤਾ ਨਹੀਂ ਲੱਗਾ, ਪਰ ਚਲੋ ਆਪਾਂ ਇਸ ਗਲਤੀ ਨੂੰ ਛੱਡ ਦਿੰਦੇ ਹਾਂ, ਤੁਸੀਂ ਲੈ ਕੇ ਆਇਓ, ਤੁਹਾਡੀਆਂ ਰਚਨਾਵਾਂ ਨੂੰ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਪਰ ਮੈਂ ਇੱਕ ਬੇਨਤੀ ਕਰਾਂ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਸ਼ਾਮਿਲ ਜ਼ਰੂਰ ਕਰ ਲਾਂਗੇ, ਪਰ ਉਹ ਤੋਂ ਪਹਿਲਾਂ ਤੁਹਾਨੂੰ ਆਪਣੀ ਰਚਨਾ ਪੜ੍ਹ ਕੇ ਸੁਣਾਉਣੀ ਪਊਗੀ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਚਰਨਾਂ ਵਿੱਚ ਆਪਾਂ ਜੁੜ ਬੈਠੇ ਹਾਂ। ਯਾਦ ਰੱਖਿਓ, ਇਹਦੇ ਵਿੱਚ ਤੁਹਾਨੂੰ ਕਿਤੇ ਵੀ ਆਪਾਂ ਵਿਰੋਧੀ ਤੱਤ ਨਹੀਂ ਪ੍ਰਾਪਤ ਹੋਊਗਾ। ਜਿਵੇਂ ਵੇਦਾਂ ਪੁਰਾਣਾਂ ਨੂੰ ਆਪਾਂ ਪੜ੍ਹਨੇ ਜਾਂ ਉਹਦੇ ਬਾਰੇ ਜਦੋਂ ਆਪਾਂ ਪੜ੍ਹਨੇ ਆ, ਇੱਕ ਵੇਦ ਕੁਝ ਹੋਰ ਕਹਿ ਰਿਹਾ ਹੁੰਦਾ ਤੇ ਦੂਜਾ ਵੇਦ ਬਿਲਕੁਲ ਉਹਦੇ ਵਿਰੋਧੀ ਗੱਲ ਕਹਿ ਰਿਹਾ ਹੁੰਦਾ। ਗੁਰਬਾਣੀ ਅੰਦਰ ਕਿਤੇ ਵੀ ਤੁਹਾਨੂੰ ਆਪਾਂ ਵਿਰੋਧੀ ਭਾਵ ਨਹੀਂ ਮਿਲਣਾ। ਸਤਿਗੁਰੂ ਕਹਿੰਦੇ ਨੇ ਜੇ ਸਿਧਾਂਤ ਦਾ ਪੱਖ ਜੁੜਦਾ ਹੋਇਆ ਤੇ ਬਈ ਜ਼ਰੂਰ ਤੁਹਾਡੀਆਂ ਰਚਨਾਵਾਂ ਨੂੰ ਸ਼ਾਮਿਲ ਕਰ ਲਵਾਂਗੇ, ਸੁਣਾਓ ਤੁਸੀਂ ਕੀ ਲੈ ਕੇ ਆਇਓ। ਆਗੂ ਕਾਨਾ ਸੀ, ਉਹ ਅੱਗੇ ਹੋਇਆ, ਕਹਿੰਦਾ ਲਓ ਜੀ ਮੇਰੀ ਰਚਨਾ ਸੁਣੋ ਪਹਿਲਾਂ। ਹਜ਼ੂਰ ਕਹਿੰਦੇ ਵੀ ਤੈਨੂੰ ਜਾਰੀ ਕਾਹਲੀ ਆਈ ਹੈ, ਤੂੰ ਸੁਣਾ ਲਾ
ਆਪਣੀ ਰਚਨਾ ਪਹਿਲਾਂ ਸੁਣੋ ਜਿਹੜੀ ਰਚਨਾ ਉਹਨੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੁਣਾਈ ਕਹਿੰਦਾ ਉਹੀ ਰੇ ਮੈਂ ਉਹੀ ਰੇ ਜਾਂ ਕਾ ਵੇਦ ਪ੍ਰਾਨ ਜਸ ਗਾਵੇ ਖੋਜ ਦੇਖੋ ਮਤ ਕੋਈ ਰੇ ਵਿਆਖਿਆ ਕਰੀਏ ਤੇ ਮੈਂ ਉਹੀ ਹਾਂ ਜਿਹਨੂੰ ਵੇਦ ਵੀ ਗਾਉਂਦੇ ਨੇ ਤੇ ਪ੍ਰਾਨ ਵੀ ਗਾਉਂਦੇ ਨੇ ਤੇ ਖੋਜਣ ਦੀ ਲੋੜ ਕੋਈ ਨੀ ਮੈਂ ਉਹੀ ਹਾਂ ਗੁਰਦੇਵ ਸੱਚੇ ਪਾਤਸ਼ਾਹ ਹੱਸ ਪਏ ਸੁਣ ਕੇ ਕਹਿੰਦੇ ਮਹਾਰਾਜ ਏਡਾ ਵੱਡਾ ਹੰਕਾਰ ਏਡੀ ਹੰਕਾਰ ਦੀ ਪਣ ਚੁੱਕੀ ਫਿਰਦੇ ਹੋ ਤੁਸੀਂ ਜਿਸ ਗ੍ਰੰਥ ਵਿੱਚ ਤੁਸੀਂ ਬਾਣੀ ਲਿਖਾਉਣ ਲਈ ਆਏ ਹੋ ਨਾ ਉਹਦੇ ਕਰਤਾ ਧਰਤਾ ਨੇ ਜਗਤ ਗੁਰੂ ਗੁਰੂ ਨਾਨਕ ਨਿਰੰਕਾਰੀ ਬਾਬਾ ਜੀ ਜਿਨ੍ਹਾਂ ਨੇ ਪੂਰੇ ਸੰਸਾਰ ਦਾ ਭ੍ਰਮਣ ਕੀਤਾ ਭੁੱਲਿਆਂ ਭੱਟਿਆਂ ਨੂੰ ਇੱਕ ਦੇ ਨਾਲ ਜੋੜਿਆ ਉਹ ਗੁਰੂ ਨਾਨਕ ਪਾਤਸ਼ਾਹ ਏਡੀ ਵੱਡੀ ਅਜ਼ਮਤ ਦੇ ਮਾਲਕ ਇੰਨੀ ਬਾਣੀ ਰਚ ਕੇ ਵੀ ਇਹ ਗੱਲ ਕਹਿ ਰਹੇ ਨੇ ਵੀ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਉਹ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਬੰਦਾ ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨਾ ਜਾਣਾ ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪੁਰਾਣਾ ਉਹ ਤੇ ਕਹਿੰਦੇ ਵੀ ਉਹਦੇ ਨਾਲ ਜੜੋ ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਕੂਕਰ ਕਹਿ ਰਹੇ ਨੇ ਤੇ ਤੁਸੀਂ ਤੇ ਹੰਕਾਰ ਦੀ ਪੌੜੀ ਬੜੀ ਚੁੱਕੀ ਆਪਣੇ ਸਿਰ ਤੇ ਚੁੱਕੀ ਫਿਰਦੇ ਹੋ ਤੁਹਾਡੀ ਰਚਨਾ ਨੂੰ ਕਿਵੇਂ ਸ਼ਾਮਲ ਕਰ ਦਈਏ ਉਹਨੂੰ ਪਾਸੇ ਕਰਤਾ ਸਤਿਗੁਰਾਂ ਨੇ ਕਾਨਾ ਪਰੇ ਹੋਇਆ ਤੇ ਪੀਲੂ ਅੱਗੇ ਹੋ ਗਿਆ ਕਹਿੰਦਾ ਜਦੋਂ ਮੇਰੀ ਰਚਨਾ ਸੁਣੋ ਹਜ਼ੂਰ ਕਹਿੰਦੇ ਸੁਣਾਓ ਉਹ ਕਹਿੰਦਾ ਵੀ ਕਾਗਜ਼ ਸੰਦੀ ਪੂਤਰੀ ਤਊ ਨਾ ਤ੍ਰਿਆ ਨਿਹਾਰ ਵਿਆਖਿਆ ਬੜੀ ਸਿੱਧੀ ਹੈ ਕਿ ਔਰਤ ਭਾਵੇਂ ਕਾਗਜ਼ ਦੀ ਪੁਤਰੀ ਵੀ ਕਿਉਂ ਨਾ ਹੋਵੇ ਉਹਨੂੰ ਨਿਹਾਰਨਾ ਨਹੀਂ ਚਾਹੀਦਾ ਤੇ ਮੈਂ ਬੇਨਤੀ ਕਰਾਂ ਮੇਰੀਆਂ ਭੈਣਾਂ ਬੈਠੀਆਂ ਇਹ ਗੁਰੂ ਨਾਨਕ ਦਾ ਦਰੀ ਆ ਜਿੱਥੇ ਜਦੋਂ ਖੰਡੇ ਬਾਟੇ ਦੀ ਪੌਲ ਛਕਾਈ ਜਾਂਦੀ ਤੇ ਇਹ ਨਹੀਂ ਕਿਹਾ ਜਾਂਦਾ ਜਿਵੇਂ ਆਮ ਸਨਾਤਨ ਮਤ ਵਿੱਚ ਵੀ ਹਿੰਦੂ ਇਸਤਰੀ ਹਿੰਦੂ ਭੈਣ ਜਨੇਊ ਨਹੀਂ ਪਾ ਸਕਦੀ ਨਹੀਂ ਪੁੱਛਿਆ ਜਾਂਦਾ ਅੰਮ੍ਰਿਤ ਇੱਕੋ ਹੀ ਪਰ ਮਾਣਯੋਗ ਸਾਧ ਸੰਗਤ ਇਹ ਗੱਲ ਹਿੰਦੁਸਤਾਨ ਦੇ ਜਿੰਨੇ ਪੁਰਾਤਨ ਭਾਰਤੀ ਮਤ ਨੇ ਸਾਰੇ ਮਤ ਮੰਨਦੇ ਨੇ ਤੇ ਕਿਸੇ ਵੀ ਮਤ ਵਿੱਚ ਐਸੀ ਬਰਾਬਰਤਾ ਨਹੀਂ ਉਹਨੇ ਜਦੋਂ ਇਹ ਗੱਲ ਆਖੀ ਨਾ ਵੀ ਔਰਤ ਭਾਵੇਂ ਕਾਗਜ਼ ਦੀ ਪੁਤਲੀ ਵੀ ਕਿਉਂ ਨਾ ਹੋਵੇ ਤੇ ਗੁਰਦੇਵ ਕਹਿੰਦੇ ਭਗਤ ਜੀ ਤੁਸੀਂ ਜਨਮ ਮਾਂ ਦੀ ਕੁੱਖੋਂ ਲਿਆ ਕਿ ਜਾਂ ਸਿੱਧੇ ਅਸਮਾਨ ਨੂੰ ਡਿੱਗੇ ਸੋ ਮੰਨ ਲਓ ਜੇ ਤੁਹਾਨੂੰ ਜਨਮ ਦੇਣ ਵਾਲੀ ਮਾਂ ਜਿਸ ਮਾਂ ਦੀ ਕੁੱਖੋਂ ਤੁਸੀਂ ਜਨਮ ਲਿਆ ਜਨਮ ਲੈ ਕੇ ਤੁਸੀਂ ਮਹਾਨ ਬਣ ਗਏ ਤੇ ਜਿਹੜੀ ਮਾਂ ਨੇ ਤੁਹਾਨੂੰ ਜਨਮ ਦਿੱਤਾ ਮਾੜੀ ਕਿਵੇਂ ਹੋ ਗਈ ਤੁਸੀਂ ਕਹਿੰਦੇ ਹੋ ਤਊ ਨਾ ਤ੍ਰਿਆ ਵਿਹਾਰ ਤੇ ਜਿਸ ਗ੍ਰੰਥ ਵਿੱਚ ਬਾਣੀ ਲਿਖਾਉਣ ਵਾਸਤੇ ਆਏ ਹੋ ਉੱਥੇ ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵੀ ਆ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਭੰਡ ਹੋਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੈ ਹੈ ਸੱਚਾ ਸੋਏ ਇੱਕ ਪਰਮੇਸ਼ਰ ਆ ਜਿਹੜਾ ਔਰਤ ਤੋਂ ਬਾਹਰ ਆ ਤੇ ਬਾਕੀ ਕੁੱਲ ਦੁਨੀਆ ਜਿਹਨੇ ਜਨਮ ਲਿਆ ਉਹ ਮਾਂ ਦੀ ਉਹ ਕੋਈ ਪੈਦਾ ਹੋਇਆ ਉਹਨੂੰ ਵੀ ਪਾਸੇ ਕਰ ਦਿੱਤਾ ਤੀਜਾ ਅੱਗੇ ਹੋਇਆ ਛੱਜੂ ਛੱਜੂ ਨੇ ਜਿਹੜੀ ਗੱਲ ਸੁਣਾਈ ਕਹਿੰਦਾ ਜੀ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ ਚਿੱਕੜ ਪੈਰ ਨਾ ਓੜਿਆ ਸੇ ਆਲੂਦ ਭਰੇ ਮਤਲਬ ਸੀ ਵੀ ਉਹ ਬੰਦੇ ਚੰਗੇ ਨੇ ਜਿਹੜੇ ਜਨਮ ਲੈਂਦਿਆਂ ਸਾਰੀ ਮਰ ਗਏ ਆਹ ਤੇ ਕਹਿੰਦਾ ਬਹੁਤ ਵੱਡਾ ਚਿੱਕੜ ਏ ਸਤਿਗੁਰੂ ਕਹਿੰਦੇ ਚਿੱਕੜ ਦੁਨੀਆ ਵਿੱਚ ਨਹੀਂ ਚਿੱਕੜ ਤੇਰੇ ਦਿਮਾਗ 'ਚ ਭਰਿਆ ਤੂੰ ਕਹਿੰਦਾ ਚਿੱਕੜਿਆ ਪਰ ਜਿੱਥੇ ਬਾਣੀ ਲਿਖਾਉਣ ਵਾਸਤੇ ਆਏ ਉੱਥੋਂ ਇਹ ਸਾਦਾ ਲਾਪੀ ਜਾਂਦੀ ਆ ਇਸ ਦੇਹੀ ਕੋ ਸਿਮਰੈ ਦੇਵ ਸਾਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਰੋਜ਼ ਪੜ੍ਹਦੇ ਹੋ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਵਚਨ ਭਈ ਪ੍ਰਾਪਤ ਮਾਨੁਖ ਦੇ ਹੋਈ ਆ ਗੋਬਿੰਦ ਮਿਲਣ ਕੀ ਹਜ਼ੂਰ ਕਹਿੰਦੇ ਨੇ ਤੇ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਆ ਇਹੀ ਤੇਰਾ ਔਸਰ ਇਹੀ ਤੇਰੀ ਵਾਰ ਇੱਥੇ ਤੇ ਆਲਾਦੀ ਇਹ ਸਭ ਜਾਂਦੀ ਵੀ ਇਹ ਰੱਬ ਨੂੰ ਮਿਲਣ ਦੀ ਵਾਰੀ ਆ ਤੇ ਤੂੰ ਭਗਤਾਂ ਨੂੰ ਚਿੱਕੜ ਹੀ ਨਸੀ ਜਾਂਦਾ ਹੈ ਆਓ ਚੌਥੇ ਨੇ ਕੀ ਕਿਹਾ ਉਹਦਾ ਜ਼ਿਕਰ ਮੈਂ ਕਰਤਾ ਤੋਂ ਬਾਅਦ ਚ ਕਰਾਂਗਾ ਇਹਨਾਂ ਦੀ ਜੱਠ ਆਇਆ ਹੋਇਆ ਵੀ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕੀਤੀ ਤੇ ਜਿਵੇਂ ਇਹਨਾਂ ਨੂੰ ਮੋੜਨਾ ਹੁਕਮ ਦਿੱਤਾ ਉਹਦਾ ਜ਼ਿਕਰ ਤੁਹਾਡੀ ਸਿੱਖ ਸਹਿਬਾਨ ਤੁਹਾਡੀ ਕਲਾ ਦੀ ਗ੍ਰੰਥਾਂ ਦੇ ਮਾਧਿਅਮ ਰਾਹੀਂ ਆਪ ਸਿੱਖ ਸੰਗਤਾਂ ਦੇ ਸਨਮੁਖ ਬੇਨਤੀ ਅਰਜ਼ ਕਿਉਂ ਕਰਦੇ